ਆਪਣੇ ਸਾਹਮਣੇ ਤਸਵੀਰਾਂ ਵੇਖੋ, ਕਾਫਲਾ ਹੈ ਜਿਹੜਾ ਵਿਜੇ ਪਹੁੰਚ ਚੁੱਕਿਆ ਹੈਗਾ। ਤੁਸੀਂ ਵੇਖੋ ਪਾਇਲਟ ਗੱਡੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ, ਬਾਦਲ ਫੈਮਿਲੀ ਹੈ ਪਹੁੰਚ ਚੁੱਕੀ ਹੈ ਵੋਟ ਪਾਉਣ ਦੇ ਲਈ, ਮੂਹਰੇ ਪਾਇਲਟ ਗੱਡੀਆਂ ਨੇ, ਸੁਰੱਖਿਆ ਦੇ ਕਾਫੀ ਤਕੜੇ ਇੰਤਜ਼ਾਮ ਕੀਤੇ ਹੋਏ ਨੇ। ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿ ਬਾਦਲ ਪਰਿਵਾਰ ਹੈ, ਸੁਖਬੀਰ ਸਿੰਘ ਬਾਦਲ ਨੇ ਉਹ ਪਹੁੰਚ ਚੁੱਕੇ ਨੇ, ਹਰਸਿਮਰਤ ਬਾਦਲ ਪਹੁੰਚ ਚੁੱਕੇ ਨੇ। ਗੱਡੀਆਂ ਦਾ ਲੰਬਾ ਕਾਫੜਾ, ਲੰਮਾ ਜਵਾਬੜਾ ਹੈ ਜਿਹੜਾ ਤੁਹਾਨੂੰ ਤਸਵੀਰਾਂ ਦੇਖੋ। ਅਨੰਤਵੀਰ ਸਿੰਘ ਬਾਦਲ ਨੇ ਜਿਹੜੇ, ਅਨੰਤਵੀਰ ਸਿੰਘ ਬਾਦਲ ਗੱਡੀ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ, ਨਾਲ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ। ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤਵੀਰ ਸਿੰਘ ਬਾਦਲ ਨੇ ਖੁਦ ਗੱਡੀ ਚਲਾ ਕੇ ਨਜ਼ਰ ਆ ਰਹੇ ਨੇ। ਪਿੱਛੇ ਹਰਸਿਮਰਤ ਕੌਰ ਬਾਦਲ ਦੀਆਂ ਬੇਟੀਆਂ ਨੇ, ਹਰਸਿਮਰਤ ਕੌਰ ਬਾਦਲ ਬੈਠੇ ਨੇ, ਸੁਖਬੀਰ ਸਿੰਘ ਬਾਦਲ ਫਰੰਟ ਸੀਟ ਦੇ ਉੱਪਰ ਨਜ਼ਰ ਆ ਰਹੇ ਨੇ। ਅਨੰਤਵੀਰ ਸਿੰਘ ਬਾਦਲ, ਅਨੰਤਵੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ, ਖੁਦ ਗੱਡੀ ਚਲਾ ਕੇ ਇੱਥੇ ਪਹੁੰਚੇ ਨੇ। ਬਾਦਲ ਫੈਮਿਲੀ ਵੋਟ ਕਾਸਟ ਕਰਨ 'ਤੇ ਪਹੁੰਚੀ। ਅਨੰਤਵੀਰ ਸਿੰਘ ਬਾਦਲ ਦੇਖੋ ਤਸਵੀਰਾਂ ਦੇ ਵਿੱਚ ਖੁਦ ਗੱਡੀ ਚਲਾ ਕੇ ਪਹੁੰਚੇ ਨੇ। ਬਾਦਲ ਫੈਮਿਲੀ ਹੈ ਜਿਹੜੀ ਉਹ ਇੱਥੇ ਪਹੁੰਚੀ ਹੈ ਵੋਟ ਹੱਕ ਦਾ ਇਸਤੇਮਾਲ ਕਰਨ ਲਈ। ਤਸਵੀਰਾਂ ਵੇਖੋ, ਤਸਵੀਰਾਂ ਦੇ ਵਿੱਚ ਖੁਦ ਸੁਖਬੀਰ ਸਿੰਘ ਬਾਦਲ ਨੇ ਉਹ ਇੱਥੇ ਪਹੁੰਚੇ ਨੇ। ਗੱਲਬਾਤ ਵੀ ਮੀਡੀਆ ਦੇ ਨਾਲ ਕਰ ਰਹੇ ਨੇ, ਆਪਾਂ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ ਕਿ ਸੁਖਬੀਰ ਸਿੰਘ ਬਾਦਲ ਕੀ ਗੱਲ ਕਰ ਰਹੇ ਨੇ। ਹਾਲਾਂਕਿ ਆਉਂਦੇ ਹੋਏ ਗੱਲਬਾਤ ਹੈ ਜਿਹੜੀ ਮੀਡੀਆ ਦੇ ਨਾਲ ਕੀਤੀ ਜਾਣੀ ਹੈ। ਸੁਖਬੀਰ ਸਿੰਘ ਬਾਦਲ ਨੇ ਪਹੁੰਚੇ ਨੇ ਔਰ ਕਾਫੀ ਵੱਡੀ ਗਿਣਤੀ ਵਿੱਚ ਮੀਡੀਆ ਦਾ ਜਮਾਵੜਾ, ਮੀਡੀਆ ਦੇ ਕਰਮਚਾਰੀ ਨੇ ਉਹ ਬਿਲਕੁਲ ਨਾਲ ਨਾਲ ਚੱਲ ਰਹੇ ਨੇ ਕਿਉਂਕਿ ਬਾਦਲ ਫੈਮਿਲੀ ਪਹੁੰਚੀ ਹੋਈ ਹੈ, ਹਰਸਿਮਰਤ ਬਾਦਲ ਪਹੁੰਚੇ ਨੇ। ਚੁਣੌਤੀ ਤਾਂ ਹਰ ਵਾਰੀ ਹੁੰਦੀ ਹੈ, ਇਸ ਵਾਰੀ ਨਵੇਂ ਤਰੀਕੇ ਦੀ ਚੁਣੌਤੀ ਸੀ ਜਿੱਥੇ ਸਾਰੇ ਅਕਾਲੀ ਦਲ ਦੇ ਵਿੱਚੋਂ ਪੱਟੇ ਗਏ ਜਾਂ ਅਕਾਲੀ ਦਲ ਦਾ ਗੜ ਲੰਬੀ ਹਲਕੇ ਤੋਂ ਖੜੇ ਹੋ ਕੇ ਸਾਰੇ ਅਕਾਲੀ ਦਲ ਨੂੰ ਵੋਟਾਂ ਨੂੰ ਖੋਰਾ ਲਾਉਣ ਵਾਸਤੇ ਹੀ, ਇਹ ਨਹੀਂ ਕਿ ਆਪਣੀ ਵੋਟ ਬੈਂਕ ਨੂੰ ਦੇਖਦੇ ਇਕੱਲੇ ਕਿ ਅਕਾਲੀ ਦਲ ਦੀ ਵੋਟ ਬੈਂਕ ਡਿਵਾਈਡ ਹੋਏ ਜਿਹਦੇ ਕਰਕੇ ਝਾੜੂ ਤੋਂ ਮੰਤਰੀ ਸਾਹਿਬ ਲੰਬੀ ਤੋਂ ਬਾਦਲ ਸਾਹਿਬ ਦਾ ਗੜ ਤਾਂ ਕਿ ਮੰਤਰੀ ਸਾਹਿਬ ਆਪਦਾ ਜ਼ੋਰ ਜ਼ਬਰ ਦੇ ਨਾਲ ਇੱਥੇ ਆਪਣੇ ਵਰਕਰਾਂ ਨੂੰ ਧਮਕਾ ਲੈਣ ਤੇ ਬਾਕੀ ਦੋ ਕੈਂਡੀਡੇਟਸ ਤਾਂ ਤੁਹਾਨੂੰ ਪਤਾ ਹੀ ਅਕਾਲੀ ਦਲ ਤੋਂ ਪੱਟੇ ਹੋਏ ਨੇ। ਬਹੁਤ ਅੱਜ ਸਵੇਰੇ ਵੀ ਮੈਂ ਉਹਨਾਂ ਦੇ ਕਮਰੇ 'ਚ ਜਾ ਕੇ ਉਹ ਜਿਹੜੇ ਕੁਰਸੀ 'ਚ ਬੈਠਦੇ ਨੇ ਉੱਥੇ ਉਹਨਾਂ ਦਾ ਆਸ਼ੀਰਵਾਦ ਮੰਗਿਆ ਤੇ ਜਿਵੇਂ ਉਹ ਹਮੇਸ਼ਾ ਪੁੱਛਦੇ ਬੇਟਾ ਕਿੱਥੇ ਚੱਲੇ ਹੋ, ਡੈਡੀ ਵੋਟ ਕਰਨ ਵਾਸਤੇ ਵੋਟ ਕਰਨ ਚੱਲੇ ਹੋ, ਚੰਗਾ ਠੀਕ ਹੈ ਜਿਵੇਂ ਉਹ ਹਮੇਸ਼ਾ ਕਹਿੰਦੇ ਸੀ। ਸੋ ਬਹੁਤ ਯਾਦ ਆਇਆ ਕਿਉਂਕਿ ਹਮੇਸ਼ਾ ਇਸ ਤਰ੍ਹਾਂ ਸੀਗੇ, ਇੱਕ ਸਾਡੀ ਬਾਦਲ ਪਰਿਵਾਰ ਦੀ ਫੋਟੋ ਹੁੰਦੀ ਸੀ ਆਪਾਂ ਸਾਰੇ ਇਕੱਠੇ ਹੁੰਦੇ ਸੀ ਤੇ ਇਸ ਵਾਰੀ ਉਹਦੇ ਵਿੱਚ ਬਾਦਲ ਸਾਹਿਬ ਨਹੀਂ ਸੀ। ਭਾਵੁਕ ਹੋ ਗਏ, ਔਖਾ ਭਰ ਆਈਆਂ ਦੱਸਦੇ ਹੋਏ। ਵੋਟ ਅਕਾਲੀ ਦਲ ਹੈਜ਼ ਆਲਵੇਜ਼ ਸਟੂਡ ਫੋਰ ਅਮਨ ਸ਼ਾਂਤੀ ਭਾਈਚਾਰਕ ਸਾਂਝ ਐਂਡ ਵਿਕਾਸ ਐਂਡ ਤਰੱਕੀ। ਅਕਾਲੀ ਦਲ ਦਾ ਹਮੇਸ਼ਾ ਆਈ ਹੈ। ਹਰਸਿਮਰਤ ਕੌਰ ਬਾਦਲ ਨੇ ਭਾਵਕ ਜ਼ਰੂਰ ਨਜ਼ਰ ਆ ਰਹੇ ਸੀ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਹੋਏ, ਹਰਸਿਮਰਤ ਬਾਦਲ ਥੋੜੇ ਭਾਵਕ ਸੀਗੇ ਪਰ ਕਹਿ ਰਹੇ ਕਿ ਕੋਈ ਦਿੱਕਤ ਨਹੀਂ, ਮੁਕਾਬਲਾ ਹਰ ਵਾਰ ਹੁੰਦਾ, ਚੁਣੌਤੀ ਹਰ ਵਾਰ ਹੁੰਦੀ ਹੈ। ਆਪਣੇ ਸਾਹਮਣੇ ਤਸਵੀਰਾਂ ਵੇਖੋ, ਕਾਫਲਾ ਹੈ ਜਿਹੜਾ ਵਿਜੇ ਪਹੁੰਚ ਚੁੱਕਿਆ ਹੈਗਾ। ਤੁਸੀਂ ਵੇਖੋ ਪਾਇਲਟ ਗੱਡੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ, ਬਾਦਲ ਫੈਮਿਲੀ ਹੈ ਪਹੁੰਚ ਚੁੱਕੀ ਹੈ ਵੋਟ ਪਾਉਣ ਦੇ ਲਈ, ਮੂਹਰੇ ਪਾਇਲਟ ਗੱਡੀਆਂ ਨੇ, ਸੁਰੱਖਿਆ ਦੇ ਕਾਫੀ ਤਕੜੇ ਇੰਤਜ਼ਾਮ ਕੀਤੇ ਹੋਏ ਨੇ। ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿ ਬਾਦਲ ਪਰਿਵਾਰ ਹੈ, ਸੁਖਬੀਰ ਸਿੰਘ ਬਾਦਲ ਨੇ ਉਹ ਪਹੁੰਚ ਚੁੱਕੇ ਨੇ, ਹਰਸਿਮਰਤ ਬਾਦਲ ਪਹੁੰਚ ਚੁੱਕੇ ਨੇ। ਗੱਡੀਆਂ ਦਾ ਲੰਬਾ ਕਾਫੜਾ, ਲੰਮਾ ਜਵਾਬੜਾ ਹੈ ਜਿਹੜਾ ਤੁਹਾਨੂੰ ਤਸਵੀਰਾਂ ਦੇਖੋ। ਅਨੰਤਵੀਰ ਸਿੰਘ ਬਾਦਲ ਨੇ ਜਿਹੜੇ, ਅਨੰਤਵੀਰ ਸਿੰਘ ਬਾਦਲ ਗੱਡੀ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ, ਨਾਲ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ। ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤਵੀਰ ਸਿੰਘ ਬਾਦਲ ਨੇ ਖੁਦ ਗੱਡੀ ਚਲਾ ਕੇ ਨਜ਼ਰ ਆ ਰਹੇ ਨੇ। ਪਿੱਛੇ ਹਰਸਿਮਰਤ ਕੌਰ ਬਾਦਲ ਦੀਆਂ ਬੇਟੀਆਂ ਨੇ, ਹਰਸਿਮਰਤ ਕੌਰ ਬਾਦਲ ਬੈਠੇ ਨੇ, ਸੁਖਬੀਰ ਸਿੰਘ ਬਾਦਲ ਫਰੰਟ ਸੀਟ ਦੇ ਉੱਪਰ ਨਜ਼ਰ ਆ ਰਹੇ ਨੇ। ਅਨੰਤਵੀਰ ਸਿੰਘ ਬਾਦਲ, ਅਨੰਤਵੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ
ਖੁਦ ਗੱਡੀ ਚਲਾ ਕੇ ਇੱਥੇ ਪਹੁੰਚੇ ਨੇ। ਬਾਦਲ ਫੈਮਿਲੀ ਬਰੋਡਕਾਸਟ ਕਰਨ ਤੇ ਪਹੁੰਚੀ। ਨੰਦਵੀਰ ਸਿੰਘ ਬਾਦਲ ਦੇਖੋ ਤਸਵੀਰਾਂ ਦੇ ਵਿੱਚ ਖੁਦ ਗੱਡੀ ਚਲਾ ਕੇ ਪਹੁੰਚੇ ਨੇ। ਬਾਦਲ ਫੈਮਿਲੀ ਹੈ ਜਿਹੜੀ ਉਹ ਇੱਥੇ ਪਹੁੰਚੀ ਹੈ ਵੋਟ ਹੱਕ ਦਾ ਇਸਤੇਮਾਲ ਕਰਨ ਲਈ। ਤਸਵੀਰਾਂ ਵੇਖੋ, ਤਸਵੀਰਾਂ ਦੇ ਵਿੱਚ ਖੁਦ ਸੁਖਬੀਰ ਸਿੰਘ ਬਾਦਲ ਨੇ ਉਹ ਇੱਥੇ ਪਹੁੰਚੇ ਨੇ। ਗੱਲਬਾਤ ਵੀ ਮੀਡੀਆ ਦੇ ਨਾਲ ਕਰ ਰਹੇ ਨੇ, ਆਪਾਂ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ ਕਿ ਸੁਖਬੀਰ ਸਿੰਘ ਬਾਦਲ ਕੀ ਗੱਲ ਕਰ ਰਹੇ ਨੇ। ਹਾਲਾਂਕਿ ਆਉਂਦੇ ਹੋਏ ਗੱਲਬਾਤ ਹੈ ਜਿਹੜੀ ਮੀਡੀਆ ਦੇ ਨਾਲ ਕੀਤੀ ਜਾਣੀ ਹੈ। ਸੁਖਬੀਰ ਸਿੰਘ ਬਾਦਲ ਨੇ ਪਹੁੰਚੇ ਨੇ ਔਰ ਕਾਫੀ ਵੱਡੀ ਗਿਣਤੀ ਵਿੱਚ ਮੀਡੀਆ ਦਾ ਜਮਾਵੜਾ, ਮੀਡੀਆ ਦੇ ਕਰਮਚਾਰੀ ਨੇ ਉਹ ਬਿਲਕੁਲ ਨਾਲ ਨਾਲ ਚੱਲ ਰਹੇ ਨੇ ਕਿਉਂਕਿ ਬਾਦਲ ਫੈਮਿਲੀ ਪਹੁੰਚੀ ਹੋਈ ਹੈ। ਹਰਸਿਮਰਤ ਬਾਦਲ ਪਹੁੰਚੇ ਨੇ ਸਾਰੀ ਅਕਾਲੀ ਦਲ ਦੇ ਵਿਚੋਂ ਪੱਟੇ ਗਏ ਜਾਂ ਅਕਾਲੀ ਦਲ ਦਾ ਗੜ ਲੰਬੀ ਹਲਕੇ ਤੋਂ ਖੜੇ ਹੋ ਕੇ ਸਾਰੇ ਅਕਾਲੀ ਦਲ ਨੂੰ ਵੋਟਾਂ ਨੂੰ ਖੋਰਾ ਲਾਉਣ ਵਾਸਤੇ ਹੀ, ਇਹ ਨੀ ਕਿ ਆਪਣੀ ਵੋਟ ਬੈਂਕ ਨੂੰ ਦੇਖਦੇ ਕੱਲੇ ਕਿ ਅਕਾਲੀ ਦਲ ਦੀ ਵੋਟ ਬੈਂਕ ਡਿਵਾਈਡ ਹੋਏ ਜਿਹਦੇ ਕਰਕੇ ਝਾੜੂ ਤੋਂ ਮੰਤਰੀ ਸਾਹਿਬ ਲੰਬੀ ਤੋਂ ਬਾਦਲ ਸਾਹਿਬ ਦਾ ਗੜ ਤਾਂ ਕਿ ਮੰਤਰੀ ਸਾਹਿਬ ਆਪਦਾ ਜ਼ੋਰ ਜ਼ਬਰ ਦੇ ਨਾਲ ਇੱਥੇ ਆਪਣੇ ਵਕਰਾਂ ਨੂੰ ਧਮਕਾ ਲੈਣ ਤੇ ਬਾਕੀ ਦੋ ਕੈਂਡੀਡੇਟਸ ਤੋਂ ਤੁਹਾਨੂੰ ਪਤਾ ਹੀ ਅਕਾਲੀ ਦਲ ਤੋਂ ਪੱਟੇ ਹੋਏ ਨੇ। ਬਹੁਤ ਅੱਜ ਸਵੇਰੇ ਵੀ ਮੈਂ ਉਹਨਾਂ ਦੇ ਕਮਰੇ ਚ ਜਾ ਕੇ ਉਹ ਜਿਹੜੇ ਕੁਰਸੀ ਚ ਬੈਠਦੇ ਨੇ ਉੱਥੇ ਉਹਨਾਂ ਤੋਂ ਉਹਨਾਂ ਦਾ ਆਸ਼ੀਰਵਾਦ ਮੰਗਿਆ ਤੇ ਜਿਵੇਂ ਉਹ ਹਮੇਸ਼ਾ ਪੁੱਛਦੇ ਬੇਟਾ ਕਿੱਥੇ ਚੱਲੇ ਹੋ, ਡੈਡੀ ਵੋਟ ਕਰਨ ਵਾਸਤੇ ਵੋਟ ਕਰਨ ਚੱਲੇ ਹੋ, ਚੰਗਾ ਠੀਕ ਹੈ ਜਿਵੇਂ ਉਹ ਹਮੇਸ਼ਾ ਕਹਿੰਦੇ ਸੀ। ਸੋ ਬਹੁਤ ਯਾਦ ਆਇਆ ਕਿਉਂਕਿ ਹਮੇਸ਼ਾ ਇਸ ਤਰ੍ਹਾਂ ਸੀਗੇ। ਇੱਕ ਸਾਡੀ ਬਾਦਲ ਪਰਿਵਾਰ ਦੀ ਫੋਟੋ ਹੁੰਦੀ ਸੀ, ਆਪਾਂ ਸਾਰੇ ਇਕੱਠੇ ਹੁੰਦੇ ਸੀ ਤੇ ਇਸ ਵਾਰੀ ਉਹਦੇ ਵਿੱਚ ਬਾਦਲ ਸਾਹਿਬ ਨਹੀਂ ਸੀ। ਭਾਵੁਕ ਹੋ ਗਏ, ਔਖਾ ਭਰ ਆਈਆਂ ਦੱਸਦੇ ਹੋਏ। ਵੋਟ ਅਕਾਲੀ ਦਲ ਹੈਜ਼ ਆਲਵੇਜ਼ ਸਟੂਡ ਫੋਰ ਅਮਨ ਸ਼ਾਂਤੀ ਭਾਈਚਾਰਕ ਸਾਂਝ ਐਂਡ ਵਿਕਾਸ ਐਂਡ ਤਰੱਕੀ। ਅਕਾਲੀ ਦਲ ਦਾ ਹਮੇਸ਼ਾ ਆਈ ਹਰਸਿਮਰਤ ਕੌਰ ਬਾਦਲ ਨੇ ਭਾਵਕ ਜ਼ਰੂਰ ਨਜ਼ਰ ਆ ਰਹੇ ਸੀ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਹੋਏ ਹਰਸਿਮਰਤ ਬਾਦਲ ਥੋੜੇ ਭਾਵਕ ਸੀਗੇ ਪਰ ਕਹਿ ਰਹੇ ਕਿ ਕੋਈ ਦਿੱਕਤ ਨਹੀਂ, ਮੁਕਾਬਲਾ ਹਰ ਵਾਰ ਹੁੰਦਾ, ਚੁਣੌਤੀ ਹਰ ਵਾਰ ਹੁੰਦੀ ਹੈ।